ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ, ਮੈਂ ਹਾਂ ਪ੍ਰਵੀਨ ਕੌਰ। 16 ਮਈ ਤੋਂ ਪ੍ਰੈਡਿਕਸ਼ਨ ਜਿਹੜੀ ਹੈ ਵੈਦਰ ਐਕਸਪਰਟਸ ਦੇ ਵੱਲੋਂ ਦਿੱਤੀ ਗਈ ਸੀ ਕਿ ਆਉਣ ਵਾਲੇ 5-7 ਦਿਨ ਜਿਹੜੇ ਨੇ ਉਹ ਕੜਾਕੇ ਦੀ ਗਰਮੀ ਦੇਖਣ ਨੂੰ ਮਿਲੇਗੀ। ਜੇਕਰ ਗੱਲਬਾਤ ਕੀਤੀ ਜਾਵੇ ਪੰਜਾਬ ਸਮੇਤ ਹਰਿਆਣਾ, ਹਿਮਾਚਲ ਔਰ ਵੱਖ ਵੱਖ ਥਾਵਾਂ ਦੇ ਉੱਤੇ ਜਿਹੜੀ ਹੈ ਗਰਮੀ ਨੇ ਆਪਣਾ ਪ੍ਰਕੋਪ ਦਿਖਾਇਆ ਹੋਇਆ ਹੈ। ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ, ਇੱਥੋਂ ਤੱਕ ਕਿ ਡਾਕਟਰਸ ਦੀ ਸਲਾਹ ਵੀ ਜਿਹੜੀ ਹੈ ਲਿੱਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਕੜਾਕੇ ਦੀ ਗਰਮੀ ਤੋਂ ਬਚਿਆ ਜਾ ਸਕੇ। ਜੇਕਰ ਗੱਲਬਾਤ ਕੀਤੀ ਜਾਵੇ ਵੀਰਵਾਰ ਨੂੰ ਜਿਹੜਾ ਹੈ 45 ਤੋਂ 47 ਡਿਗਰੀ ਦਾ ਟੈਂਪਰੇਚਰ ਨੋਟ ਡਾਊਨ ਕੀਤਾ ਗਿਆ ਸੀ, ਤੇ ਅਗਰ 17 ਮਈ ਦੀ ਅੱਜ ਦੀ ਗੱਲਬਾਤ ਕੀਤੀ ਜਾਵੇ ਇਸੇ ਤਰੀਕੇ ਦੇ ਨਾਲ ਆਉਣ ਵਾਲੇ 4-5 ਦਿਨ ਵੀ ਜਿਹੜੇ ਨੇ ਗਰਮੀ ਆਪਣਾ ਪ੍ਰਕੋਪ ਦਿਖਾਵੇਗੀ। ਕੜਾਕੇ ਦੀ ਇਸ ਗਰਮੀ ਤੋਂ ਪਰੇਸ਼ਾਨ ਹੋਏ ਲੋਕਾਂ ਨੇ ਡਾਕਟਰਸ ਦੀ ਸਲਾਹ ਜਿਹੜੀ ਉਹ ਲੈਣੀ ਸ਼ੁਰੂ ਕਰ ਦਿੱਤੀ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਡਾਕਟਰਸ ਦੇ ਵੱਲੋਂ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤੇ ਐਕਸਪਰਟਸ ਦੀ ਜਿਹੜੀ ਐਡਵਾਈਸ ਹੈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਮਈ ਜੂਨ ਦੇ ਮਹੀਨੇ ਇਹਨਾਂ ਵਿੱਚ ਗਰਮੀ ਵੱਧ ਜਾਂਦੀ ਹੈ, ਇਹਦੇ ਕਾਰਨ ਲੋਕਾਂ ਨੂੰ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਡੀਹਾਈਡਰੇਸ਼ਨ ਦੀ ਆਉਂਦੀ ਹੈ। ਜਿਵੇਂ ਲੋਕਾਂ ਨੂੰ ਜਿਵੇਂ ਉਹਦਾ ਗਰਮੀ 'ਚ ਘੁੰਮਦੇ ਹੁੰਦੇ ਆ, ਉਹਨਾਂ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ, ਉਹਨਾਂ ਤੋਂ ਪਸੀਨਾ ਜ਼ਿਆਦਾ ਆਉਂਦਾ, ਸਵੈਟਿੰਗ ਜ਼ਿਆਦਾ ਆਉਂਦੀ ਹੈ, ਉਹਦੇ ਨਾਲ ਡੀਹਾਈਡਰੇਸ਼ਨ ਦੇ ਸਿਮਟਮਸ ਹੁੰਦੇ ਆ। ਡੀਹਾਈਡਰੇਸ਼ਨ ਦੇ ਸਿਮਟਮਸ ਇਸ ਤਰ੍ਹਾਂ ਹੁੰਦੇ ਕਿ ਇੱਕ ਤਾਂ ਬੰਦੇ ਨੂੰ ਪਿਆਸ ਬੜੀ ਲੱਗਦੀ ਹੈ, ਦੂਸਰਾ ਉਹਨੂੰ ਕਈ ਪਹਿਲੇ ਤਾਂ ਇਨੀਸ਼ੀਅਲ ਸਟੇਜ ਵਿੱਚ ਬਹੁਤ ਸਵੈਟਿੰਗ ਹੁੰਦੀ ਹੈ, ਤੀਸਰਾ ਉਹਨੂੰ ਜਿਹੜਾ ਹੁੰਦਾ ਥੋੜ੍ਹੀ ਜਿਹੀ ਜਿਵੇਂ ਕਹਿੰਦੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ, ਕਨਫਿਊਜ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਦੇ ਇਲਾਵਾ ਅਗਰ ਜ਼ਿਆਦਾ ਸੀਰੀਅਸ ਸਟੇਜ ਹੋਏ ਫਿਰ ਉਹਦੇ ਵਿੱਚ ਕਈ ਵਾਰ ਪੇਸ਼ੈਂਟ ਬੇਹੋਸ਼ ਵੀ ਹੋ ਸਕਦਾ। ਸਾਡੇ ਕੋਲ ਜਿਹੜੇ ਨੋਰਮਲੀ ਪੇਸ਼ੈਂਟ ਆਉਂਦੇ ਆ ਉਹ ਆਉਂਦੇ ਸਟੇਜ 2 ਜਾਂ 3 'ਚ, ਜਿਵੇਂ ਪੇਸ਼ੈਂਟ ਨੂੰ ਚੱਕਰ ਆਉਣੇ ਸ਼ੁਰੂ ਹੋ ਰਿਹਾ ਜਾਂ ਪੇਸ਼ੈਂਟ ਨੂੰ ਵੀਕਨੈਸ ਆ ਰਹੀ ਹੈ ਜਾਂ ਪੇਸ਼ੈਂਟ ਨੂੰ ਅਗਰ ਅਲਟੀਮੇਟਲੀ ਕਈ ਵਾਰ ਤਾਂ ਸਾਡੇ ਕੋਲ ਹੋਸਪਿਟਲ 'ਚ ਪੇਸ਼ੈਂਟ ਬੇਹੋਸ਼ ਹੋ ਕੇ ਵੀ ਆ ਜਾਂਦੇ ਆ। ਜਿਹੜੇ ਇਹੋ ਜਿਹੇ ਪੇਸ਼ੈਂਟ ਹੁੰਦੇ ਜਿਹੜੇ ਬੇਹੋਸ਼ ਹੋ ਕੇ ਆਉਂਦੇ, ਉਹਨੂੰ ਆਪਾਂ ਹੀਟ ਸਟ੍ਰੋਕ ਇੰਡਿਊਸ ਕੋਮਾ ਕਹਿੰਦੇ ਆ। ਜਿਹੜਾ ਕੋਮਾ ਹੁੰਦਾ ਉਹਦੇ ਵਿੱਚ ਸਭ ਤੋਂ ਪਹਿਲੇ ਹੁੰਦਾ ਕਿ ਉਹਨਾਂ ਦਾ ਟੈਂਪਰੇਚਰ ਜਿਹੜਾ ਬਹੁਤ ਇਸ ਵੇਲੇ ਗਰਮ ਹੋਇਆ ਹੁੰਦਾ, ਉਹਨਾਂ ਨੂੰ ਆਪਾਂ ਕਹਿੰਦੇ ਰੈੱਡ ਹੋਟ ਡਰਾਈ ਸਕਿਨ, ਉਹਨਾਂ ਦੀ ਸਕਿਨ ਬਿਲਕੁਲ ਗਰਮ ਹੁੰਦੀ ਹੈ ਅਤੇ ਬਿਲਕੁਲ ਡਰਾਈ ਹੁੰਦੀ ਹੈ, ਕੋਈ ਸਵੈਟਿੰਗ ਨਹੀਂ ਹੋ ਰਹੀ ਹੁੰਦੀ ਅਤੇ ਬਿਲਕੁਲ ਹੀ ਜਿਵੇਂ ਹੁੰਦਾ ਨਾ ਸੁੱਕੀ ਦੀ ਸਕਿਨ ਹੁੰਦੀ ਹੈ। ਇਸ ਵੀ ਸਭ ਤੋਂ ਪਹਿਲੇ ਸਾਡਾ ਮੈਥਡ ਹੁੰਦਾ ਕਿ ਉਹਦਾ ਟੈਂਪਰੇਚਰ ਜਿਹੜਾ ਉਹਨੂੰ ਆਪਾਂ ਥੋੜ੍ਹਾ ਜਿਹਾ ਅਪ ਲੈ ਕੇ ਆਈਏ। ਉਹ ਅਪ ਲੈ ਕੇ ਆਉਣ ਲਈ ਸਾਨੂੰ ਤਾਂ ਚਾਹੀਦਾ ਕਿ ਉਹਨੂੰ ਜਿਹੜਾ ਸਰਾਊਂਡਿੰਗਸ ਹੈ ਪੇਸ਼ੈਂਟ ਦੀਆਂ ਉਹ ਥੋੜ੍ਹੀ ਠੰਡੀ ਕਰਦੀ ਹੈ, ਉਹਦੇ ਕਈ ਵਾਰ ਆਪਾਂ ਆਈਸ ਪੈਕਸ ਵੀ ਯੂਜ਼ ਕਰਦੇ ਹਾਂ ਤਾਂ ਕਿ ਉਹਦੇ ਸਰੀਰ 'ਚ ਲਗਾ ਦਈਏ, ਗਿੱਲੇ ਕੱਪੜੇ ਉਹਨੂੰ ਪਾ ਦਿੰਦੇ ਹਾਂ, ਥੋੜ੍ਹੇ ਟੋਵਲਸ ਯੂਜ਼ ਕਰ ਸਕਦੇ ਹਾਂ ਜਿਹੜਾ ਆਈਸ ਵਾਲੇ ਨਾਲ ਆਈਸ ਨਾਲ ਰੱਖ ਕੇ ਤਾਂ ਕਿ ਉਹਦਾ ਬੋਡੀ ਟੈਂਪਰੇਚਰ ਅਪ ਆਏ। ਉਹਦੇ ਇਲਾਵਾ ਉਹਦਾ ਟੈਂਪਰੇਚਰ ਆਪਾਂ ਵਧਾ ਤਾ, ਉਹਦੇ ਬਾਅਦ ਸਾਡਾ ਸੈਕਿੰਡ ਏਮ ਹੁੰਦਾ ਕਿ ਉਹਦਾ ਹਾਈਡਰੇਸ਼ਨ ਪ੍ਰੋਪਰ ਰੱਖੀਏ। ਉਹਨੂੰ ਕਈ ਵਾਰ ਸਾਨੂੰ ਅਗਰ ਪੇਸ਼ੈਂਟ ਖਾਸ ਪੀ ਸਕਦਾ ਫਿਰ ਤਾਂ ਆਪਾਂ ਲਿਕੁਇਡ ਇਨਟੇਕ ਉਹਦਾ ਮੂੰਹ ਨਾਲ ਹੀ ਦੇ ਸਕਦੇ ਹਾਂ, ਪਰ ਕਈ ਵਾਰ ਜਿਵੇਂ ਕੋਮਾ 'ਚ ਪੇਸ਼ੈਂਟ ਆਉਂਦਾ ਉਹਨੂੰ ਫਿਰ ਸਾਨੂੰ IV ਫਲੂਇਡ ਲਗਾਉਣੇ ਪੈਂਦੇ ਆ। ਇਹਦੇ ਇਲਾਵਾ ਪੇਸ਼ੈਂਟ ਦੇ ਬਾਕੀ ਸਭ ਕੰਪਲੀਕੇਸ਼ਨਸ ਵੀ ਆ ਜਾਂਦੀਆਂ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕਈ ਵਾਰ ਕੋਮਾ ਵਿੱਚ ਪੇਸ਼ੈਂਟ ਵੀ ਕਈ ਵਾਰ ਦੌਰੇ ਵੀ ਪੈ ਜਾਂਦੇ ਆ ਜਾਂ ਕੁਛ ਹੋਰ ਵੀ ਕੋਈ ਜਿਹੜੀ ਕੰਪਲੀਕੇਸ਼ਨਸ ਹੁੰਦੀਆਂ ਉਹਦੇ ਅਕੋਰਡਿੰਗਲੀ ਆਪਾਂ ਟ੍ਰੀਟਮੈਂਟ ਦਿੰਦੇ ਹਾਂ। ਬਿਲਕੁਲ ਜੋ ਪੇਸ਼ੈਂਟ ਹੁੰਦਾ ਇਹ ਉਨ ਲੋਕਾਂ 'ਚ ਜ਼ਿਆਦਾ ਹੁੰਦਾ ਜਿਹੜੇ ਗਰਮੀ 'ਚ ਐਕਸਪੋਜ਼ ਹੁੰਦੇ, ਜਿਹੜੇ ਸਮੇਂ ਲੋਕ ਹੈ ਜਿਵੇਂ ਹੁੰਦਾ ਦੁਪਹਿਰ ਦਾ ਟਾਈਮ ਹੈ, ਜ਼ਿਆਦਾ ਬਾਹਰ ਐਕਟੀਵਿਟੀਜ਼ ਕਰਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਉਹਨਾਂ ਨੂੰ ਪਹਿਲੇ ਸਵੈਟਿੰਗ ਬੜੀ ਹੁੰਦੀ ਹੈ, ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਆਪਣੀ ਸੈਂਸੇਸ਼ਨ ਆਉਂਦੀ ਕਿ ਸਾਨੂੰ ਪਿਆਸ ਬੜੀ ਲੱਗ ਰਹੀ ਹੈ। ਉਸ ਸਟੇਜ ਅਗਰ ਇਗਨੋਰ ਕਰ ਦਿੰਦੇ ਆ, ਨਹੀਂ ਤਾਂ ਇਸ ਸਟੇਜ ਵਿੱਚ ਆਪਾਂ ਕੰਟਰੋਲ ਕਰ ਸਕਦੇ ਹਾਂ। ਅਗਰ ਉਹ ਹੀ ਪੇਸ਼ੈਂਟ ਆਪਣੀ ਹਾਈਡਰੇਸ਼ਨ ਪ੍ਰੋਪਰ ਕਰ ਲੇ, ਲਿਕੁਇਡ ਇਨਟੇਕ ਲੈ ਲੇ, ਥੋੜ੍ਹਾ ਆਪਣੇ ਆਪ ਨੂੰ ਕਿਸੇ ਠੰਡੀ ਜਗ੍ਹਾ ਥੋੜ੍ਹੀ ਦੇਰ ਬੈਠ ਜਾਏ ਤਾਂ ਕਿ ਉਹਦਾ ਜਿਹੜੇ ਗਰਮੀ ਤੋਂ ਐਕਸਪੋਜ਼ਰ ਥੋੜ੍ਹੀ ਦੇਰ ਲਈ ਘੱਟ ਜਾਏ, ਉਹ ਆਪਣੇ ਆਪ ਨੂੰ ਬਚਾ ਸਕਦਾ। ਪਰ ਜੇ ਉਹ ਚੀਜ਼ਾਂ ਨਹੀਂ ਕਰਦਾ ਫਿਰ ਡੈਫੀਨੇਟਲੀ ਉਹਨੂੰ ਫਿਰ ਡੀਹਾਈਡਰੇਸ਼ਨ ਦੇ ਕਾਰਨ ਜਿਵੇਂ ਮੈਂ ਤੁਹਾਨੂੰ ਸਿਮਟਮ ਦੱਸਿਆ ਕਿ ਸਵੈਟਿੰਗ ਆ ਜਾਂਦੀ ਹੈ, ਨੋਜ਼ੀਆ, ਉਹਨੂੰ ਕਈ ਵਾਰ ਨੋਜ਼ੀਆ ਵੀ ਹੋ ਜਾਂਦਾ, ਵੋਮਿਟਿੰਗਸ ਵਗੈਰਾ ਫੀਲਿੰਗ ਆ ਜਾਂਦੀ ਹੈ, ਔਰ ਹੈਡਏਕ ਹੁੰਦੀ ਹੈ। ਹੈਡਏਕ ਵੀ ਇੱਕ ਇੰਪੋਰਟੈਂਟ ਸਿਮਟਮ ਹੈ ਜਿਹੜਾ ਅਰਲੀ ਸਿਮਟਮ ਹੁੰਦਾ ਹੀਟ ਡੀਹਾਈਡਰੇਸ਼ਨ ਇੰਡਿਊਸਡ, ਜਿਹੜੀ ਹੀਟ ਨਾਲ ਇੰਡਿਊਸ ਹੁੰਦੀ ਆ, ਅਤੇ ਉਹਦੇ ਵਿੱਚ ਹੈਡਏਕ ਹੋ ਗਿਆ, ਨੋਜ਼ੀਆ ਵੋਮਿਟਿੰਗ ਹੋ ਗਿਆ, ਸਾਡੇ ਬਾਕੀ ਡਿਜ਼ੀਨੈਸ, ਕਨਫਿਊਜ਼ਨ ਐਂਡ ਈਵਨ ਸੀਜ਼ਰਸ, ਸੋ ਇਹ ਸਾਰੀ ਕੰਪਲੀਕੇਸ਼ਨ ਆ ਸਕਦੀਆਂ। ਜਿਹੜਾ ਨੋਰਮਲੀ ਗਰਮੀਆਂ 'ਚ ਹੁੰਦਾ BP ਲੋ ਹੀ ਜਾਂਦਾ, ਕਿਉਂਕਿ ਇਨੀਸ਼ਲੀ ਦੇ ਵਿੱਚ ਜਦੋਂ ਪੇਸ਼ੈਂਟ ਗਰਮੀ 'ਚ ਘੁੰਮਦਾ ਹੈ ਉਹਨੂੰ ਡੀਹਾਈਡਰੇਸ਼ਨ ਹੁੰਦੀ ਹੈ, ਡੀਹਾਈਡਰੇਸ਼ਨ ਨਾਲ ਪੇਸ਼ੈਂਟ ਹਾਈਪੋਟੈਂਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਲੋ BP, ਉਸ ਸਟੇਜ ਵਿੱਚ ਚਲੇ ਜਾਂਦਾ। ਨੋਰਮਲੀ ਹੀਟ ਸਟ੍ਰੋਕ ਨਾਲ ਹਾਈਪੋਟੈਂਸ਼ਨ ਨਹੀਂ ਹੁੰਦੀ ਹੈ ਜਿਹੜੀ ਹੁੰਦੀ। ਵਿੱਚ ਸਾਲਟ ਇਨਟੇਕ ਦਾ ਵੀ ਥੋੜ੍ਹਾ ਧਿਆਨ ਰੱਖਣਾ, ਡੈਫੀਨੇਟਲੀ ਜਿਹੜੇ ਅਗਰ ਤੁਸੀਂ ਆਈ ਆਪਾਂ ਕਹਿ ਰਹੇ ਹਾਂ ਕਿ ਲਿਕੁਇਡ ਇਨਟੇਕ ਅਲੋਂਗ ਵਿਦ ਸਾਲਟ ਇਨਟੇਕ, ਇਹ ਦੋ ਚੀਜ਼ਾਂ ਸਾਨੂੰ ਧਿਆਨ ਰੱਖਣੀ ਚਾਹੀਦੀਆਂ ਜਦੋਂ ਆਪਣਾ ਅਗਰ ਆਪ ਨੂੰ ਆਪਾਂ ਬਚਾਉਣਾ ਚਾਹੁੰਦੇ ਹਾਂ।
ਦੇਖੋ ਹੁਣ ਤਾਂ ਕਈ ਸਟੱਡੀਜ਼ ਵੀ ਆ ਗਈਆਂ, ਪਾਣੀ ਇਨਟੇਕ ਜ਼ਿਆਦਾ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪਾਣੀ ਤਾਂ ਸਭ ਤੋਂ ਅੱਛੀ ਚੀਜ਼ ਹੈ ਜਿਹੜਾ ਹਿਊਮਨ ਕੋਈ ਵੀ ਬੰਦਾ ਲੈ ਸਕਦਾ। ਇਸ ਲਈ ਗਰਮੀਆਂ 'ਚ ਡੈਫੀਨੇਟਲੀ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ, ਤੁਸੀਂ ਲਿਕੁਇਡ ਇਨਟੇਕ ਵੀ ਆਪਣਾ ਜ਼ਿਆਦਾ ਰੱਖ ਸਕਦੇ ਹੋ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ। ਇਸ ਤਰ੍ਹਾਂ ਦਾ ਕੋਈ ਪੈਰਾਮੀਟਰ ਨਹੀਂ ਹੈ ਕਿ ਤੁਸੀਂ ਇੰਨੇ ਇਨਟੇਕ ਲਓ, ਇੰਨੇ ਲੀਟਰ ਲਓ, ਅਤੇ ਤੁਹਾਡਾ ਸਾਰਾ ਡਿਪੈਂਡ ਕਰਦਾ ਤੁਹਾਡੇ ਯੂਰੀਨ ਆਊਟਪੁੱਟ 'ਤੇ ਕਿੰਨਾ, ਤੁਹਾਡੀ ਕੰਡੀਸ਼ਨ 'ਤੇ ਕੀ ਹੈ। ਜਿਵੇਂ ਕਈ ਪੇਸ਼ੈਂਟ ਹੁੰਦੇ ਜਿਹੜੇ ਬਿਲਕੁਲ ਨੋਰਮਲ ਹੈ, ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈ, ਆਪਾਂ ਤਾਂ ਉਹਨਾਂ ਨੂੰ ਗਰਮੀ 'ਚ ਐਡਵਾਈਸ ਕਰਦੇ ਹਾਂ ਕਿ ਤੁਸੀਂ ਲਿਕੁਇਡ ਇਨਟੇਕ ਜਿੰਨਾ ਵੱਧ ਤੋਂ ਵੱਧ ਲੈ ਸਕਦੇ ਹੋ ਇਸ। ਪਰ ਕਈ ਪੇਸ਼ੈਂਟ ਹੁੰਦੇ ਆ ਜਿਵੇਂ ਕੋਈ ਹਾਰਟ ਦਾ ਪੇਸ਼ੈਂਟ ਹੈ, ਕੋਈ ਕਿਡਨੀ ਜਿਹਨੂੰ ਪ੍ਰੋਬਲਮ ਹੈ, ਉਸਨੂੰ ਅਸੀਂ ਕਹਿੰਦੇ ਕਿ ਉਹਨੂੰ ਆਪਣੇ ਜਿਹੜਾ ਲਿਕੁਇਡ ਇਨਟੇਕ ਹੁੰਦਾ ਪਾਣੀ ਦੀ ਮਾਤਰਾ ਆਪਣੇ ਹਿਸਾਬ ਨਾਲ ਲੈਣੀ ਪੈਂਦੀ ਹੈ ਕਿ ਜਦੋਂ ਯੂਰੀਨ ਆਊਟਪੁੱਟ ਕਿੰਨਾ ਆ ਰਿਹਾ, ਕਿਉਂਕਿ ਇਹੋ ਜਿਹੇ ਪੇਸ਼ੈਂਟ ਵਿੱਚ ਜ਼ਿਆਦਾ ਪਾਣੀ ਲੈਣ ਨਾਲ ਉਲਟਾ ਫਰਕ ਪੈ ਜਾਂਦਾ, ਉਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ। ਅਤੇ ਡਿਪੈਂਡਿੰਗ ਅਪੋਨ ਦਾ ਪੇਸ਼ੈਂਟ ਨੋਰਮਲ, ਅਗਰ ਪੇਸ਼ੈਂਟ ਨੂੰ ਕੋਈ ਬਿਮਾਰੀ ਨਹੀਂ ਹੈ, ਪੇਸ਼ੈਂਟ ਬਿਲਕੁਲ ਠੀਕ ਹੈ, ਕੋਈ ਹੈਲਦੀ ਹੈ, ਆਪਾਂ ਤਾਂ ਉਹਨੂੰ ਕਹਿੰਦੇ ਜਿੰਨਾ ਤੁਸੀਂ ਲਿਕੁਇਡ ਇਨਟੇਕ ਰੱਖੋ ਅੱਛਾ। ਬਸ ਤੁਹਾਨੂੰ ਦੋ ਚੀਜ਼ਾਂ ਦਾ ਪਰਹੇਜ਼ ਰੱਖਣਾ ਚਾਹੀਦਾ ਕਿ ਇੱਕ ਤਾਂ ਜਿਹੜੀ ਤੁਸੀਂ ਆਊਟਡੋਰ ਐਕਸਰਸਾਈਜ਼ ਕਰ ਰਹੇ ਹੋ, ਜਿਵੇਂ ਕਿਸੇ ਤੋਂ ਕਿਹਾ ਬਾਗ 'ਚ ਘੁੰਮ ਰਹੇ ਹੋ ਜਾਂ ਕਿਸੇ ਜਗ੍ਹਾ ਆਊਟਡੋਰ ਐਕਟੀਵਿਟੀ ਕਰ ਰਹੇ ਹੋ, ਉਹ ਤੁਹਾਨੂੰ ਲਿਮਿਟ ਕਰਨੀ ਪੈਣੀ ਆ। ਉਹ ਤੁਸੀਂ ਜਾਂ ਤਾਂ ਸ਼ਾਮ ਦਾ ਟਾਈਮ ਰੱਖ ਲਓ ਜਾਂ ਅਰਲੀ ਮੋਰਨਿੰਗ ਦਾ ਰੱਖ ਲਓ, ਜਿਵੇਂ ਟੈਂਪਰੇਚਰ ਉਸ ਵੇਲੇ ਥੋੜ੍ਹੇ ਹਾਈ ਹੁੰਦੇ ਆ। ਜੇ ਤੁਸੀਂ ਇਹ ਸੋਚੋ ਕਿ ਇਹ ਐਕਟੀਵਿਟੀ ਮੈਂ ਦੁਪਹਿਰ ਨੂੰ ਕਰ ਲਾਂ, ਫਿਰ ਉਹ ਪੋਸੀਬਲ ਨਹੀਂ, ਉਹਦੇ ਨਾਲ ਤਾਂ ਫਿਰ ਕੰਪਲੀਕੇਸ਼ਨ ਆਉਂਦੇ ਚਾਹੀਦੇ। ਲੱਸੀ ਅਤੇ ਦਹੀਂ ਠੀਕ ਹੈ, ਤੁਸੀਂ ਲੈ ਸਕਦੇ ਹੋ, ਪਰ ਅੱਜ ਕੱਲ੍ਹ ਤਾਂ ਬੜੇ ਅੱਛੇ ਲਿਕੁਇਡਸ ਆ ਗਏ, ਜਿਵੇਂ ਆਪਾਂ ਕੋਕੋਨਟ ਵਾਟਰ ਲਈਏ, ਈਵਨ ਜੂਸਿਸ ਹੋ ਗਿਆ ਜਿਹੜੇ ਸਿਟਰਸ ਫਰੂਟ ਦੇ, ਖਾਸ ਕਰ ਜਿਹੜੇ ਹੁੰਦੇ ਨਿੰਬੂ ਦੇ ਹੁੰਦੇ ਆ, ਈਵਨ ਗੰਨੇ ਦਾ ਰਸ ਵੀ ਅੱਛਾ ਹੁੰਦਾ ਸਿਹਤ ਲਈ, ਕੋਈ ਇੰਨਾ ਮਾੜਾ ਨਹੀਂ ਹੁੰਦਾ। ਇਸ ਅੱਜ ਕੱਲ੍ਹ ਤਾਂ ਲਿਕੁਇਡ ਦੀ ਵਰਾਇਟੀ ਬੜੀ ਹੈ, ਜਿਹੜੇ ਆਪਾਂ ਸ਼ਕੰਜ ਵੀ ਹੈ, ਜਿਹੜਾ ਆਪਾਂ ਸਿੰਪਲ ਨਿੰਬੂ ਪਾਣੀ ਕਹਿੰਦੇ ਹਾਂ, ਲੈਮਨ ਵਾਟਰ ਕਹਿੰਦੇ ਹਾਂ, ਇਹ ਚੀਜ਼ਾਂ ਵੀ ਲੈ ਸਕਦੇ ਹੋ, ਇਹਦੇ ਨਾਲ ਵੀ ਤੁਹਾਡਾ ਲਿਕੁਇਡ ਇਨਟੇਕ ਠੀਕ ਰਹੇਗਾ। ਜ਼ਰੂਰੀ ਨਹੀਂ ਹੈ ਕਿ ਤੁਸੀਂ ਪਾਣੀ ਪੀਣਾ, ਤੁਸੀਂ ਕੁਛ ਵੀ ਲੈ ਸਕਦੇ ਹੋ।